ਮੈਂ ਕਹਿਣ ਤੋਂ ਬਾਅਦ ਵੀ ਇੰਨਾ ਜਗ੍ਹਾ ਫਾਸਲਾ ਹੋਣ 'ਤੇ ਵੀ ਉਹਨੂੰ ਕਿਹਾ ਮੈਂ ਬ੍ਰੇਕ ਮਾਰ ਬ੍ਰੇਕ ਮਾਰ, ਉਹਨੇ ਤਾਂ ਵੀ ਬ੍ਰੇਕ ਨਹੀਂ ਮਾਰੀ ਕਿਤੇ, ਬ੍ਰੇਕ ਜਮੀ ਨਹੀਂ ਮਾਰੀ, ਵੱਜ ਜਾਣਾ ਸੀਗਾ ਭਾਅ ਜੀ, ਇੰਨਾ ਫਾਸਲਾ ਕੱਟ ਨਹੀਂ ਹੈਗਾ। ਕੋਈ ਨਹੀਂ ਕਾਰਵਾਈ, ਬੰਦਾ ਥਾਣੇ ਆ, ਪੈਸੇ ਚਾੜਨੇ, ਅਗਲਾ ਨਿਕਲ ਗਿਆ, ਨਿਆਣਾ ਸਾਡਾ ਗਿਆ, ਕੋਈ ਜ਼ਿੰਮੇਵਾਰੀ ਨਹੀਂ ਕਿਸੇ ਦੀ, ਇੱਥੇ ਯੂਪੀ ਵਾਲਿਆਂ ਦੀ ਕੋਈ ਸੁਣਵਾਈ ਨਹੀਂ ਹੈਗੀ ਆ। ਔਖਾ ਵਿੱਚ ਇਹਦੀ ਐਕਟਿਵਾ ਖੜੀ ਸੀਗੀ ਇੱਧਰ ਸਾਈਡ 'ਤੇ, ਖੜੀ ਗੱਡੀ ਹਾਂ, ਖੜੀ ਗੱਡੀ, ਮੈਂ ਅੱਗੇ ਕੀਤਾ, ਉਹਨੇ ਲਚਾੜਤਾ ਅੱਗੇ ਨੂੰ। ਲੁਧਿਆਣਾ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਵਿਸ਼ਾਲ ਕਪੂਰ। ਲੁਧਿਆਣਾ ਸ਼ਹਿਰ ਦੇ ਵਿੱਚ ਤੇਜ਼ ਰਫ਼ਤਾਰ ਟਿੱਪਰ ਅਤੇ ਤੇਜ਼ ਰਫ਼ਤਾਰ ਟਰਾਲੀਆਂ ਦੀ ਚਪੇਟ 'ਚ ਅਕਸਰ ਲੋਕ ਆਉਂਦੇ ਰਹਿੰਦੇ ਨੇ, ਉਹ ਮਾਸੂਮ ਪਰਿਵਾਰਾਂ ਦੇ ਜੀਅ ਜਿਹੜੇ ਨੇ ਚਲੇ ਜਾਂਦੇ ਨੇ ਰਫ਼ਤਾਰ ਤੇਜ਼ ਰਫ਼ਤਾਰ ਅਤੇ ਰੋਂਗ ਸਾਈਡ ਤੋਂ ਆਉਂਦੇ ਹੋਏ, ਜਿਹੜੇ ਚਾਲਕ ਜਿਹੜੇ ਹੈਗੇ ਨੇ ਰੋਂਗ ਸਾਈਡ ਤੋਂ ਆਉਂਦੇ ਹੁੰਦੇ ਨੇ ਅਤੇ ਰੋਂਗ ਸਾਈਡ ਤੋਂ ਆ ਕੇ ਦੇਖਦੇ ਨੇ ਕਿ ਐਕਟਿਵਾ ਹੈਗੀ ਕੀ, ਉਹਦੇ ਸਿੱਧੀ ਫੇਂਟ ਮਾਰ ਦਿੱਤਾ, ਇੱਕ ਮਾਸੂਮ ਬੱਚੇ ਦੀ ਜਿਹੜੀ ਜਾਨ ਚਲੀ ਜਾਂਦੀ ਆ। ਲੇਕਿਨ ਪਰਿਵਾਰ ਮੌਜੂਦ ਹੈ, ਗੱਲਬਾਤ ਵੀ ਕਰਦੇ ਆ, ਕੀ ਨਾਮ ਸੀ ਬੱਚੇ ਦਾ, ਕਿੱਥੋਂ ਦੀ ਜਾ ਰਿਹਾ ਸੀਗਾ ਅਤੇ ਕੀ ਲੱਕੀ ਨਾਮ ਸੀਗਾ ਭਾਅ ਜੀ? ਟਿੱਬਾ ਰੋਡ ਗਊਸ਼ਾਲਾ ਦੇ ਕੋਲ ਜਾ ਰਹੇ ਸੀ। ਅੱਛਾ, ਕਿਹਦੇ ਤੇ ਸੀਗੇ ਤੁਸੀਂ? ਐਕਟਿਵਾ ਤੇ ਸੀਗੇ ਭਾਅ ਜੀ। ਉਹ ਜਿਹਦਾ ਫੇਂਟ ਹੋਈ ਉਹ ਕਿਹਦੇ ਤੇ ਸੀਗਾ? ਉਹ ਟਰੈਕਟਰ ਸੀਗਾ। ਕਿੰਨੀ ਤੇਜ਼ ਸੀਗਾ? ਤੇਜ਼ ਤੇ ਨਹੀਂ ਸੀਗਾ, ਨਾਲ ਹੀ ਜਾ ਰਹੇ ਸੀ ਆਪਾਂ। ਮੈਂ ਗੱਡੀ ਅੱਗੇ ਕੀਤੀ, ਉਹ ਆਪਣੀ ਗੱਡੀ ਲਾ ਦਿਆ ਸੀ, ਪਿਛਲਾ ਚੱਕਾ ਉਹਦੇ ਆ ਗਿਆ, ਉਹਨੇ ਚਾੜਤਾ ਔਰ ਰੁਕਿਆ ਨਹੀਂ। ਮੈਂ ਕਹਿਣ ਤੋਂ ਬਾਅਦ ਵੀ ਇੰਨਾ ਜਗ੍ਹਾ ਫਾਸਲਾ ਹੋਣ 'ਤੇ ਵੀ ਉਹਨੂੰ ਕਿਹਾ ਮੈਂ ਬ੍ਰੇਕ ਮਾਰ, ਉਹਨੇ ਤਾਂ ਵੀ ਬ੍ਰੇਕ ਨਹੀਂ ਮਾਰੀ ਗੱਡੀ 'ਤੇ। ਕੋਈ ਕਾਰਵਾਈ ਹੈ ਹੀ ਨਹੀਂ। ਟਿੱਬਾ ਰੋਡ ਇੰਨਾ ਗੰਦਾ ਹੋਇਆ ਪਿਆ ਨਾ ਅੱਜ ਦੇ ਟਾਈਮ ਦੇ ਵਿੱਚ, ਉੱਥੇ ਲੰਘਣਾ ਔਖਾ ਵਾ, ਪੈਦਲ ਬੰਦੇ ਤਾਂ ਤੁਰਨਾ 2000-3000 ਹੱਥ ਤੋਂ ਫੜਾਓ ਤਾਂ ਕੰਮ ਹੁੰਦਾ ਜੀ ਟਿੱਬਾ ਰੋਡ ਥਾਣੇ 'ਚ। ਅੱਛਾ, ਅਤੇ ਹੁਣ ਕੋਈ ਨਹੀਂ ਕਾਰਵਾਈ, ਬੰਦਾ ਥਾਣੇ ਆ, ਪੈਸੇ ਚਾੜਨੇ, ਅਗਲਾ ਨਿਕਲ ਗਿਆ, ਨਿਆਣਾ ਸਾਡਾ ਗਿਆ, ਕੋਈ ਜ਼ਿੰਮੇਵਾਰੀ ਨਹੀਂ ਕਿਸੇ ਦੀ, ਇੱਥੇ ਯੂਪੀ ਵਾਲਿਆਂ ਦੀ ਕੋਈ ਸੁਣਵਾਈ ਨਹੀਂ ਹੈਗੀ ਆ। ਔਖਾ ਵਾ, ਇੱਥੇ ਤੁਹਾਡੇ ਹੱਥਾਂ 'ਚ ਵੀ ਖੂਨ ਹੀ ਆ, ਮੇਰੇ ਮੁੰਡੇ ਦਾ, ਮੈਂ ਲੈ ਕੇ ਆਇਆ ਆਪਣੇ ਹੱਥ ਬੇਟਾ, ਚਾਚਾ ਰੋਡ 'ਚ ਚੱਕ ਕੇ ਹੱਥ 'ਚ, ਸਰ ਪੂਰਾ ਉਹਦਾ ਖੁੱਲ੍ਹਾ ਹੋਇਆ ਸੀਗਾ, ਦਿਮਾਗ ਉਹਦਾ ਬਾਹਰ ਸੀਗਾ, ਹੋਰ ਦੱਸ ਰਿਹਾ ਮੈਂ ਕਿੱਦਾਂ ਲੈ ਕੇ ਆਇਆ ਆਪਣੀ ਛਾਤੀ 'ਚ ਰੋ ਕੇ ਲੈ ਕੇ ਆਇਆ, ਮੈਨੂੰ ਪਤਾ ਹੀ ਉਹਦੇ ਘਰੇ ਪਰਿਵਾਰ ਨਹੀਂ ਸੀਗਾ ਕਿ ਗੱਡੀ ਰੋਕ ਲੈਂਦਾ ਤਾਂ ਬੱਚੇ ਜਾਨ ਬਚ ਸਕਦੇ ਸੀ, ਉਹਨਾਂ ਨੇ ਦਾਰੂ ਕਿਵੇਂ ਲਾਣੇ, ਗੱਡੀ ਚਲਾਏਗਾ ਭਾਈ ਕਿੱਦਾਂ ਹੋ ਜਾਣੀ, ਦਾਰੂ ਪੀਣੀ ਨੇ, ਪੈਸੇ ਕੱਢੇ ਦਾਰੂ ਵਾਸਤੇ, ਜਲਦੀ ਜਲਦੀ ਮਾਲ ਤੋੜਨਾ ਆ, ਅਰੇ 5 ਮਿੰਟ ਲੇਟ ਹੋ ਜਾਓ ਤਾਂ ਕੀ ਘੱਟ ਜੂਗਾ, ਕੀ ਘੱਟ ਜਾਣਾ, ਕੁਛ ਨਹੀਂ ਘਟਣਾ, ਆਪਾਂ ਵੀ ਕੰਮ ਕਰਦੇ ਆ, ਜੇ ਆਪਾਂ ਜਾਣ ਮੁੱਝ ਕੇ ਗੱਡੀ ਦੇ ਅੱਗੇ ਆਵਾਂਗੇ ਤਾਂ ਫਿਰ ਤਾਂ ਹੋ ਗਿਆ, ਮਤਲਬ ਅੱਗੋਂ ਦੇਖ ਕੇ ਅੱਗੇ ਨਾਲ ਨਾਲ ਚੱਲ ਰਿਹਾ ਕਹਿਣ ਦੇ ਮੁਤਾਬਿਕ, ਤੇ ਪਿਛਲੇ ਟਾਇਰ ਤੇ ਨੀਚੇ ਬੰਦਾ ਦੇਤਾ ਬਿਲਕੁਲ, ਜਦ ਤੁਸੀਂ ਕਿੱਦਾਂ ਬੱਚੇ ਬਾਈਕ ਚਲਾ ਕੌਣ ਰਹੇ, ਤੁਸੀਂ ਚਲਾ ਰਹੇ ਤੁਸੀਂ ਕਿੱਦਾਂ ਬਚ ਗਏ? ਮੈਂ ਭਾਜੀ ਮੈਂ ਗੱਡੀ ਫੜ ਕੇ ਰੱਖਿਆ ਸੀ, ਉਹ ਡਿੱਗ ਗਿਆ ਉੱਥੇ, ਉਹ ਡਿੱਗ ਗਿਆ, ਮੇਰੇ ਇੱਥੇ ਹੱਥ ਰੱਖੇ ਡਰ ਕੇ ਮਾਰੇ, ਉਹ ਡਿੱਗ ਗਿਆ, ਟਰੱਕ ਬਿਲਕੁਲ ਨਾਲ ਹੋ ਗਿਆ ਉਹਦੇ, ਟਰਾਲੀ ਪੂਰਾ ਨਾਲ ਹੀ ਹੋ ਗਿਆ ਸੀ, ਉਹ ਮੁੰਡਾ ਡਰ ਗਿਆ ਸੀਗੀ, ਐਕਟਿਵਾ ਖੜੀ ਸੀਗੀ, ਇਹਦੀ ਐਕਟਿਵਾ ਖੜੀ ਸੀਗੀ ਇੱਧਰ ਸਾਈਡ 'ਤੇ, ਖੜੀ ਗੱਡੀ ਹਾਂ, ਖੜੀ ਗੱਡੀ, ਮੈਂ ਅੱਗੇ ਕੀਤਾ, ਉਹਨੇ ਲਚਾੜਤਾ ਅੱਗੇ ਨੂੰ, ਤੇ ਆ ਪੁਲਿਸ ਹੁਣ ਕੀ ਕਹਿੰਦੀ ਬਾਈ? ਵੈਸੇ ਪੁਲਿਸ ਫੜ ਕੇ ਲੈ ਗਈ, ਮੈਂ ਥਾਣੇ ਲੈ ਕੇ ਗਈ ਯਾਰ, ਕਰਵਾਈ ਅੰਦਰ ਆਓ ਫਿਰ ਗੱਲ ਕਰਦੇ ਆਉਂਦੇ ਨਾਲ ਆਪਾਂ, ਆਈਓ ਆਇਆ ਇੱਥੇ ਬੰਦਾ ਨਹੀਂ, ਪੁਲਿਸ ਦਾ ਮੁਲਾਜ਼ਮ ਆਇਆ ਇੱਥੇ ਲੈ ਕੇ, ਕੋਈ ਨਹੀਂ ਆਇਆ, 1 ਘੰਟਾ ਹੋ ਗਿਆ, ਤੁਸੀਂ ਟਿੱਬੇ ਥਾਣੇ ਡੈੱਡ ਬੋਡੀ ਇਤਲਾਹ ਦਿੱਤੀ ਸੀ ਨਾ, ਤੇ ਟਿੱਬੇ ਥਾਣੇ ਦੀ ਪੁਲਿਸ ਕਿੱਥੇ ਆ? ਅੱਜ ਥਾਣੇ ਬੈਠੇ ਬਿਆਨ ਲਿਖਣੇ ਚੱਲੇ ਆ ਸਭ ਦਾ, ਚੱਲ ਦੇਖ ਲੈ, ਚੱਲ ਮਾਸੂਮ 9 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ,
ਟਿੱਬਾ ਰੋਡ ਦੇ ਕੋਲ, ਗਊਸ਼ਾਲਾ ਦੇ ਕੋਲ, ਲੇਕਿਨ ਟਿੱਬੇ ਥਾਣੇ ਦੀ ਪੁਲਿਸ ਉੱਥੇ ਤੱਕ ਪਹੁੰਚੀ ਤੱਕ ਨਹੀਂ ਹਜੇ ਤੱਕ। ਲੇਕਿਨ ਬਿਆਨ ਵਾਸਤੇ ਇਹਨਾਂ ਨੂੰ ਬੁਲਾਇਆ ਜਾ ਰਿਹਾ। ਇੱਕ ਮੁੰਡੇ ਦੀ ਮੌਤ ਹੋ ਗਈ ਹੈ, ਪਰਿਵਾਰ ਕਰੇਗੀ, ਪਰਿਵਾਰ ਪ੍ਰਵਾਸੀ ਆ, ਲੇਕਿਨ ਦੇਖਦੇ IO ਸਾਹਿਬ ਅਤੇ ਕੀ ਕਹਿੰਦੇ, SHO ਕੀ ਕਹਿੰਦੇ ਨੇ। ਲੇਕਿਨ ਇੱਕ ਵੱਡੀ ਖਬਰ ਆ ਲੁਧਿਆਣਾ ਸ਼ਹਿਰ ਤੋਂ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਆਏ ਦਿਨ ਐਕਸੀਡੈਂਟ ਹੁੰਦੇ ਰਹਿੰਦੇ ਨੇ, ਮਾਸੂਮ ਬੱਚਿਆਂ ਦੀ ਜਿਹੜੀ ਮੌਤ ਹੁੰਦੀ ਰਹਿੰਦੀ ਹੈ ਅਤੇ ਕਈ ਜਿਹੜੇ ਪਰਿਵਾਰਾਂ ਦੇ ਜੀਅ ਜਿਹੜੇ ਨੇ ਜਾਂਦੇ ਰਹਿੰਦੇ ਨੇ। ਲੇਕਿਨ ਪੁਲਿਸ ਜਿਹੜੀ ਹੈ ਬਿਆਨ ਵਾਸਤੇ ਵੀ ਇਹਨਾਂ ਨੂੰ ਥਾਣੇ ਬੁਲਾ ਰਹੀ ਹੈ, ਲੇਕਿਨ ਇੱਥੇ IO ਕੋਈ ਵੀ ਮੌਜੂਦ ਨਹੀਂ ਹੈਗਾ। ਲੁਧਿਆਣਾ ਤੋਂ ਕੈਮਰਾਮੈਨ ਧਰਮੇ ਨਾਲ, ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ। ਅੱਛਾ ਸਰ, ਇੱਕ ਛੋਟਾ ਜਿਹਾ ਪੁੱਛਣਾ ਸੀਗਾ, ਜਿਹੜਾ ਕਿ ਸਵੇਰੇ ਬੱਚਾ ਮਰ ਗਿਆ ਸੀਗਾ ਉਹਦੇ ਬਾਰੇ ਪੁੱਛਣਾ ਸੀਗਾ ਸਰ, ਜਿਹੜਾ ਟਰਾਲੀ ਥੱਲੇ ਆ ਕੇ, ਕੀ ਮਾਮਲਾ ਸੀਗਾ ਸਰ, ਉਹ ਮਾਮਲਾ ਦੱਸ ਦਿਓ ਸਰ। ਉਹ ਯਾਰ ਬਸ ਐਕਸੀਡੈਂਟਲੀ ਡਿੱਗ ਪਿਆ, ਉਹਦੀ 174 ਦੀ ਕਾਰਵਾਈ ਕਰਾਂਗੇ ਅੱਜ, ਹਸਪੀਟਲ ਡੈੱਡ ਬੋਡੀ ਭੇਜ ਦੇਊਗੀ ਜੀ, ਸੁਬਾਹ ਪੋਸਟਮਾਰਟਮ ਕਰਾਵਾਂਗੇ। ਸੁਬਾਹ ਪੋਸਟਮਾਰਟਮ ਕਰਾਵਾਂਗੇ ਸਰ। ਅਤੇ ਜਿਹੜਾ ਟਰਾਲੀ ਚਲਾ ਰਿਹਾ ਸੀ, ਗ੍ਰਿਫਤਾਰ ਕਰ ਲਿੱਤਾ ਗਿਆ ਸਰ? ਨਹੀਂ, ਗ੍ਰਿਫਤਾਰ ਨਹੀਂ ਵੀਰੇ, ਉਹ ਐਕਸੀਡੈਂਟਲੀ ਹੋਇਆ ਸੀਗਾ, ਇਸ ਲਈ ਉਹਨਾਂ ਦੀ ਆਪਸ ਹੋ ਗਈ ਸੀ ਸਰ। ਠੀਕ ਹੈ ਸਰ, ਠੀਕ ਸਰ, ਠੀਕ ਸਰ।